ਵੀਡੀਓ ਵੇਖ ਰਹੇ ਸਾਰੇ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਜੇਕਰ ਤੁਸੀਂ ਵੀ ਮੋਟਰ ਦਾ ਜਾਂ ਫਿਰ ਆਪਣੇ ਘਰ ਦੀ ਲਾਈਟ ਦਾ ਬਿਜਲੀ ਮੀਟਰ ਤੁਸੀਂ ਆਪਣੇ ਨਾਮ 'ਤੇ ਟ੍ਰਾਂਸਫਰ ਕਰਨ ਦੀ ਸੋਚ ਰਹੇ ਹੋ ਤਾਂ ਇਹ ਵੀਡੀਓ ਤੁਸੀਂ ਅੰਤ ਤੱਕ ਜ਼ਰੂਰ ਦੇਖ ਲੈਣਾ, ਕਿਉਂਕਿ ਜੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਇਹ ਜਾਣਕਾਰੀ ਜਿਹੜੀ ਆ ਤੁਹਾਡੇ ਲਈ ਬਹੁਤ ਹੀ ਕੰਮ ਦੀ ਆ। ਸੋ ਦੋਸਤੋ ਦੇਖੋ ਕਿ ਜਿਹੜੇ ਘਰਾਂ ਦੇ ਬਿਜਲੀ ਮੀਟਰ ਲੱਗੇ ਹੋਏ ਨੇ ਉਹ ਕੁਛ ਮੀਟਰ ਤਾਂ ਸਾਡੇ ਪਿਤਾ ਦੇ ਨਾਮ 'ਤੇ ਚੱਲ ਰਹੇ ਨੇ ਜਾਂ ਫਿਰ ਦਾਦਿਆਂ ਦੇ ਨਾਮ 'ਤੇ ਚੱਲ ਰਹੇ ਨੇ ਅਤੇ ਕੁਝ ਕੁਝ ਲੋਕਾਂ ਦੇ ਪੜਦਾਦਿਆਂ ਦੇ ਨਾਮ 'ਤੇ ਵੀ ਚੱਲ ਰਹੇ ਨੇ। ਅਤੇ ਹੁਣ PSPCL ਵੱਲੋਂ ਲਾਈਨਮੈਨਾਂ ਵੱਲੋਂ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਵੀ ਆਪਣੇ ਘਰਾਂ ਦੇ ਮੀਟਰਾਂ ਨੂੰ ਆਪਣੇ ਨਾਮ 'ਤੇ ਨਹੀਂ ਕਰਵਾਇਆ ਟ੍ਰਾਂਸਫਰ ਤਾਂ ਤੁਸੀਂ ਕਰਵਾ ਲਵੋ, ਇਹ ਨਾ ਹੋਵੇ ਕਿ ਬਾਅਦ ਵਿੱਚ ਤੁਹਾਨੂੰ ਜੁਰਮਾਨਾ ਪੈ ਜਾਵੇ। ਸੋ ਬਹੁਤ ਸਾਰੇ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਮੀਟਰ ਜਿਹੜੇ ਆ ਟ੍ਰਾਂਸਫਰ ਕਰਨ ਦੀ ਸੋਚ ਰਹੇ ਨੇ। ਉਹਨਾਂ ਨੂੰ ਇੰਨਾ ਪਤਾ ਨਹੀਂ ਆ ਕੁਛ ਲੋਕਾਂ ਨੂੰ ਕਿ ਟ੍ਰਾਂਸਫਰ ਦੇ ਲਈ ਕਿਹੜੇ ਕਿਹੜੇ ਡਾਕੂਮੈਂਟ ਹੋਣੇ ਜ਼ਰੂਰੀ ਨੇ, ਕਿੰਨੀ ਪ੍ਰੋਸੈਸ ਹੈਗਾ ਅਤੇ ਕਿੰਨਾ ਕੁ ਖਰਚਾ ਜਿਹੜਾ ਆ ਜਾਂਦਾ। ਸੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਹਨਾਂ ਹੀ ਟੌਪਿਕਾਂ 'ਤੇ ਗੱਲਬਾਤ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਵੀ ਅਸੀਂ PSPCL ਦੇ ਰਿਲੇਟਡ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ, ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖਿਆ ਤਾਂ ਤੁਹਾਨੂੰ ਬੇਨਤੀ ਆ ਕਿ ਚੈਨਲ 'ਤੇ ਜਾਓ, ਚੈਨਲ ਦੀ ਪਲੇਲਿਸਟ ਵਿੱਚ ਆ ਕੇ PSPCL ਦੇ ਰਿਲੇਟਡ ਕਾਫੀ ਵੀਡੀਓ ਤੁਹਾਨੂੰ ਮਿਲ ਜਾਣਗੀਆਂ, ਜੋ ਕਿ ਤੁਹਾਡੇ ਲਈ ਹੀ ਨਹੀਂ ਤੁਹਾਡੇ ਕਿਸੇ ਕਰੀਬੀ ਦੋਸਤ ਰਿਸ਼ਤੇਦਾਰ ਆਂਢ ਗੁਆਂਢ ਦੇ ਕੰਮ ਜ਼ਰੂਰ ਆਉਣਗੀਆਂ, ਤਾਂ ਜੋ ਤੁਸੀਂ ਵੀ ਕਿਸੇ ਨੂੰ ਅੱਗੇ ਰਾਏ ਜਿਹੜੀ ਆ ਦੇ ਸਕੋ। ਅਤੇ ਜੇਕਰ ਵੀਡੀਓ ਵਿੱਚ ਜਾਣਕਾਰੀ ਵਧੀਆ ਮਿਲ ਸਕੇ ਤਾਂ ਇਸ ਵੀਡੀਓ ਨੂੰ ਸ਼ੇਅਰ ਦੇ ਬਟਨ 'ਤੇ ਕਲਿੱਕ ਕਰਕੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ। ਸੋ ਤੁਹਾਨੂੰ ਦੋਸਤੋ ਦੱਸ ਦਈਏ ਕਿ ਜੇਕਰ ਤੁਸੀਂ ਆਪਣੇ ਘਰ ਦਾ ਬਿਜਲੀ ਮੀਟਰ ਜਾਂ ਫਿਰ ਆਪਣੀ ਮੋਟਰ ਦਾ ਬਿਜਲੀ ਮੀਟਰ ਜਿਹੜਾ ਹੈਗਾ ਤੁਸੀਂ ਟ੍ਰਾਂਸਫਰ ਕਰਨ ਦੀ ਸੋਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਜੀ ਤੁਹਾਨੂੰ ਦੱਸ ਦਈਏ ਕਿ ਜਿਸ ਵੀ ਵਿਅਕਤੀ ਦੇ ਨਾਮ 'ਤੇ ਮੀਟਰ ਪਹਿਲਾਂ ਲੱਗਿਆ ਹੋਇਆ ਸੀ, ਠੀਕ ਆ, ਜੇਕਰ ਕੋਈ ਡੈਥ ਕੇਸ ਹੈਗਾ ਤਾਂ ਉਸ ਵਿਅਕਤੀ ਦਾ ਡੈਥ ਕੇਸ ਦਾ ਸਰਟੀਫਿਕੇਟ ਜਿਹੜਾ ਆ ਜ਼ਰੂਰ ਲੱਗੇਗਾ। ਅਤੇ ਜੇਕਰ ਉਹ ਵਿਅਕਤੀ ਲਿਵ ਹੈਗਾ ਮਤਲਬ ਕਿ ਜਿਉਂਦਾ ਹੈਗਾ ਅਤੇ ਮੀਟਰ ਤੁਸੀਂ ਆਪਣੇ ਨਾਮ 'ਤੇ ਟ੍ਰਾਂਸਫਰ ਕਰਵਾ ਰਹੇ ਹੋ ਤਾਂ ਫਿਰ ਉਸ ਵਿਅਕਤੀ ਦਾ ਜਿਸਦੇ ਵਿਅਕਤੀ ਦੇ ਨਾਮ 'ਤੇ ਪਹਿਲਾਂ ਮੀਟਰ ਚੱਲ ਰਿਹਾ ਉਹਦਾ ਆਧਾਰ ਕਾਰਡ ਲੱਗੇਗਾ, ਇੱਕ ਉਹਦਾ ਸਵੈ ਘੋਸ਼ਣਾ ਪੱਤਰ ਜਿਹੜਾ ਲੱਗੇਗਾ ਜਿਹਦੇ ਵਿੱਚ ਉਹ ਸਭ ਕੁਛ ਲਿਖ ਕੇ ਦੇਵੇਗਾ ਕਿ ਇਹ ਮੀਟਰ ਪਹਿਲਾਂ ਮੇਰੇ ਨਾਮ 'ਤੇ ਚੱਲਦਾ ਸੀ, ਹੁਣ ਮੈਂ ਫਲਾਣੇ ਫਲਾਣੇ ਵਿਅਕਤੀ ਦੇ ਨਾਮ 'ਤੇ ਕਰਨ ਜਾ ਰਿਹਾ ਹੈਗਾ। ਲਾਈਕ ਤੁਸੀਂ ਮਤਲਬ ਕਿ ਆਪਣੀ ਲੜਕੀ ਵੀ ਹੋ ਸਕਦੀ ਹੈ, ਪਤਨੀ ਹੋ ਸਕਦੀ ਹੈ, ਬੇਟਾ ਹੋ ਸਕਦਾ, ਨੂੰਹ ਵੀ ਹੋ ਸਕਦੀ ਹੈ, ਜਿਸ ਦੇ ਨਾਮ 'ਤੇ ਟ੍ਰਾਂਸਫਰ ਵਿਅਕਤੀ ਕਰਕੇ ਦੇ ਸਕਦਾ। ਜੇਕਰ ਡੈਥ ਕੇਸ ਆ, ਡੈਥ ਕੇਸ ਦੇ ਵਿੱਚ ਕੀ ਹੋਏਗਾ ਕਿ ਜਿੰਨੇ ਵੀ ਉਸ ਵਿਅਕਤੀ ਦੇ ਪਰਿਵਾਰ ਦੇ ਮੈਂਬਰ ਹੋਣਗੇ, ਮੰਨ ਲਓ ਕਿ ਦੋ ਬੇਟੇ ਨੇ, ਤਾਂ ਦੋਵਾਂ ਬੇਟਿਆਂ ਦਾ ਇੱਕ ਸਵੈ ਘੋਸ਼ਣਾ ਪੱਤਰ ਲੱਗੇਗਾ ਜਿਸ ਵਿੱਚ ਜਿਸ ਬੇਟੇ ਨੇ ਲਗਵਾਉਣਾ ਉਸ ਵੱਲੋਂ ਹੈਗਾ ਸਵੈ ਘੋਸ਼ਣਾ ਪੱਤਰ, ਅਤੇ ਜਿਸ ਜਿਹੜਾ ਦੂਸਰਾ ਬੇਟਾ ਹੈਗਾ, ਠੀਕ ਹੈ, ਉਸਨੇ ਵੀ ਮਤਲਬ ਕਿ ਸਵੈ ਘੋਸ਼ਣਾ ਵਿੱਚ ਲਿਖ ਕੇ ਦੇਣਾ ਕਿ ਇਹ ਮੇਰਾ ਵੱਡਾ ਭਰਾ ਆ ਜਾਂ ਛੋਟਾ ਭਰਾ ਆ, ਇਹ ਮੀਟਰ ਪਹਿਲਾਂ ਸਾਡੇ ਡੈਡੀ ਦੇ ਨਾਮ 'ਤੇ ਚੱਲ ਰਿਹਾ ਸੀ ਅਤੇ ਹੁਣ ਇਹ ਮੀਟਰ ਮੇਰੇ ਭਰਾ ਦੇ ਨਾਮ 'ਤੇ ਜਿਹੜਾ ਕਰ ਦਿੱਤਾ ਜਾਵੇ, ਮੈਨੂੰ ਇਹਦੇ ਵਿੱਚ ਕੋਈ ਵੀ ਇਤਰਾਜ਼ ਨਹੀਂ ਆ, ਕਿਉਂਕਿ ਸਾਡੇ ਪਿਤਾ ਦੀ ਜਾਂ ਫਿਰ ਮਦਰ ਦੇ ਜਾਂ ਫਿਰ ਦਾਦੇ ਦੀ ਜਾਂ ਫਿਰ ਦਾਦੀ ਦੀ ਜਿਹੜੀ ਡੈਥ ਜਿਹੜੀ ਆ ਹੋ ਚੁੱਕੀ ਆ, ਇਹਦੇ ਰਿਲੇਟਡ ਜਿੰਨੇ ਵੀ ਡਾਕੂਮੈਂਟ ਆ ਉਹ ਅਸੀਂ ਅਟੈਚ ਕੀਤੇ ਹੋਏ ਨੇ। ਇਹ ਜਦੋਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਇਹੀ ਸੇਮ ਪ੍ਰੋਸੈਸ ਹੈਗਾ, ਪਰ ਪਰੂਫਾਂ ਦੀ ਗੱਲ ਕਰ ਲੈਂਦੇ ਹਾਂ ਹੁਣ। ਜੇਕਰ ਅਸੀਂ ਪਰੂਫਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪਰੂਫ ਜਿਹੜਾ ਤੁਹਾਨੂੰ ਮੈਂ ਦੱਸ ਚੁੱਕਾ ਹੈਗਾ, ਜੇਕਰ ਇਨ ਕੇਸ ਡੈਥ ਕੇਸ ਹੈਗਾ ਤਾਂ ਫਿਰ ਡੈਥ ਦਾ ਸਰਟੀਫਿਕੇਟ ਲਗਾਉਣਾ ਜ਼ਰੂਰੀ ਆ। ਜੇਕਰ ਡੈਥ ਦਾ ਸਰਟੀਫਿਕੇਟ ਤੁਹਾਡੇ ਕੋਲ ਨਹੀਂ ਹੈਗਾ ਤਾਂ ਫਿਰ ਤੁਸੀਂ ਨੋਟਰੀ ਦੇ ਵਿੱਚੋਂ ਇੱਕ ਐਫੀਡੇਵਿਟ ਬਣਾਉਣਾ, ਉਸ ਐਫੀਡੇਵਿਟ 'ਤੇ ਜਾ ਕੇ ਸਰਪੰਚ ਦੇ ਸੈਨ ਕਰਵਾਉਣੇ ਨੇ, ਠੀਕ ਹੈ। ਬਾਕੀ
ਰਜਿਸਟਰੀ ਜਿਸ ਜਗ੍ਹਾ 'ਤੇ ਮੀਟਰ ਪਹਿਲਾਂ ਲੱਗਿਆ ਹੋਇਆ ਉਸ ਦੀ ਲੇਟੈਸਟ ਫੜਦ ਜਿਹੜੀ ਆ ਕਢਵਾ ਕੇ ਲਿਆਉਣੀ ਆ ਤੁਸੀਂ। ਉਹ ਫੜਦ ਜਿਹੜੀ ਆ ਮਿਨੀਮਮ 3 ਤੋਂ 4 ਦਿਨ ਪੁਰਾਣੀ ਹੋਣੀ ਚਾਹੀਦੀ ਆ। ਜ਼ਿਆਦਾ ਪੁਰਾਣੀਆਂ ਫੜਦਾਂ ਜਿਹੜੀਆਂ ਨਹੀਂ ਅਸੈਪਟ ਕੀਤੀਆਂ ਜਾਂਦੀਆਂ, ਠੀਕ ਹੈ ਜੀ। ਇਸ ਤੋਂ ਬਾਅਦ ਅਸੀਂ ਗੱਲ ਕਰ ਲੈਂਦੇ ਹਾਂ ਆਧਾਰ ਕਾਰਡ ਦੀ। ਜਿਸ ਵਿਅਕਤੀ ਨੇ ਆਪਣੇ ਨਾਮ 'ਤੇ ਮੀਟਰ ਲਗਵਾਉਣਾ ਉਸ ਵਿਅਕਤੀ ਦਾ ਆਧਾਰ ਕਾਰਡ, 2 ਪਾਸਪੋਰਟ ਸਾਈਜ਼ ਫੋਟੋਆਂ ਲੱਗਣਗੀਆਂ ਅਤੇ ਬਿਜਲੀ ਦਾ ਮੀਟਰ ਦਾ ਜਿਹੜਾ ਲੇਟੈਸਟ ਬਿੱਲ ਹੋਏਗਾ, ਭਾਵੇਂ 0 ਬਿੱਲ ਹੀ ਆਇਆ ਹੋਏ, ਉਹ ਵੀ ਨਾਲ ਲੱਗਣਾ ਜ਼ਰੂਰੀ ਆ। ਇਹ ਸਾਰੇ ਡਾਕੂਮੈਂਟ ਪਰੂਫ ਜਿਹੜੇ ਤੁਹਾਨੂੰ ਦੱਸੇ ਨੇ ਇਹ ਨਾਲ ਲੈ ਕੇ ਤੁਸੀਂ ਜਾਣਾ ਹੈਗਾ ਸੇਵਾ ਕੇਂਦਰ। ਸੇਵਾ ਕੇਂਦਰ ਦੇ ਵਿੱਚ ਤੁਹਾਨੂੰ ਇੱਕ ਫਾਈਲ ਜਿਹੜੀ ਹੈ ਤਿਆਰ ਕਰਕੇ ਦਿੱਤੀ ਜਾਂਦੀ ਹੈ ਔਨਲਾਈਨ। ਉਸ ਤੋਂ ਬਾਅਦ ਇੱਕ ਗਵਾਹ, ਗਵਾਹ ਵੀ ਤੁਸੀਂ ਆਪਣੇ ਨਾਲ ਕਰਨਾ। ਗਵਾਹ ਜਿਹੜਾ ਹੈ ਕੋਈ ਵੀ ਹੋ ਸਕਦਾ, ਤੁਹਾਡਾ ਭਰਾ ਹੋ ਸਕਦਾ, ਭੈਣ ਹੋ ਸਕਦੀ ਆ, ਠੀਕ ਆ। ਅਤੇ ਇੱਕ ਗਵਾਹ ਜਿਹੜਾ ਤੁਹਾਡੇ ਪਿੰਡ ਦਾ ਸਰਪੰਚ ਜਿਹਨੇ ਸਵੈ ਘੋਸ਼ਣਾ ਪੱਤਰ ਦੇ ਸੈਨ ਕਰਕੇ ਦਿੱਤੇ ਹੋਣਗੇ। ਇਹ ਸਾਰੇ ਡਾਕੂਮੈਂਟ ਪਰੂਫ ਤੁਸੀਂ ਸੇਵਾ ਕੇਂਦਰ ਜਾਣੇ ਆ। ਸੇਵਾ ਕੇਂਦਰ ਵਿੱਚ ਲਾਈਵ ਫੋਟੋ ਕੈਪਚਰ ਹੋਏਗੀ। ਫੋਟੋ ਹੋਣ ਤੋਂ ਬਾਅਦ ਤੁਹਾਨੂੰ ਇੱਕ ਰਸੀਦ ਦਿੱਤੀ ਜਾਂਦੀ ਆ। ਉਸ ਰਸੀਦ ਦੇ ਨਾਲ ਜਿਹੜੇ ਮੈਂ ਤੁਹਾਨੂੰ ਕਾਗਜ਼ ਪੱਤਰ ਦੱਸੇ ਨੇ ਡਾਕੂਮੈਂਟ, ਉਹ ਤੁਸੀਂ ਅਟੈਚ ਕਰਕੇ ਆਪਣੇ ਨੇੜੇ ਦੇ ਬਿਜਲੀ ਵਿਭਾਗ ਦਫ਼ਤਰ ਜਾ ਕੇ ਜਮ੍ਹਾਂ ਕਰਵਾ ਦੇਣੇ ਨੇ। ਇਸ ਤੋਂ ਬਾਅਦ ਤੁਹਾਡਾ ਜਿਹੜਾ ਬਿਜਲੀ ਮੀਟਰ ਆ ਉਹ ਤੁਹਾਡੇ ਨਾਮ 'ਤੇ ਟ੍ਰਾਂਸਫਰ ਕਰ ਦਿੱਤਾ ਜਾਂਦਾ ਆ। ਟ੍ਰਾਂਸਫਰ ਕਰਨ ਦਾ ਖਰਚਾ ਦੱਸ ਦਈਏ ਤੁਹਾਨੂੰ, 1000 ਤੋਂ ਲੈ ਕੇ 1500 ਰੁਪਏ ਦੇ ਵਿੱਚ ਵਿੱਚ ਜਿਹੜਾ ਖਰਚਾ ਆ ਉਹ ਆ ਜਾਂਦਾ ਹੈਗਾ, ਠੀਕ ਹੈ ਜੀ। ਸੋ ਇਹ ਸੀ ਸਾਡਾ ਅੱਜ ਦਾ ਵੀਡੀਓ। ਹੋਰ ਅਪਡੇਟ ਜਾਣਨ ਲਈ ਚੈਨਲ ਨਾਲ ਜੁੜੇ ਰਹਿਣਾ ਜੀ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਧੰਨਵਾਦ।